ਸਰਦਾ ਜਿਹੜਾ ਵੀ ਜਦੋਂ ਗੱਲ ਕਰੀਏ ਤਾਂ ਫਿਰ ਸਾਡੇ ਅੰਮ੍ਰਿਤਸਰੀਏ ਵਰਗੇ ਔਰ ਰਾਣੇ ਵੱਜ ਵਰਗੇ ਕਬੱਡੀ ਦੇ ਜਿਹੜੇ ਖਿਡਾਰੀ ਨੇ ਉਹ ਵਰਲਡ ਵਾਈਡ ਮਸ਼ਹੂਰ ਹੋਏ ਨੇ, ਦੁਨੀਆਂ ਦੇ ਵਿੱਚ ਮਸ਼ਹੂਰ ਹੋਏ ਨੇ। ਪੀਲੇ ਰੰਗ ਦਾ ਝੰਡਾ, ਪੀਲੇ ਰੰਗ ਦੀ ਪੁਸ਼ਾਕ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹਾ, ਔਰ ਉਸ ਤੋਂ ਬਾਅਦ ਪਟਿਆਲਾ ਜ਼ਿਲ੍ਹਾ, ਬਾਘਾਂ ਵਾਲਾ ਸ਼ਹਿਰ ਪਟਿਆਲਾ। ਕਹਿੰਦੇ ਉਹਦਾ ਅੱਡਾ ਸੀ ਮਰ ਜਾਣਾ ਮਾਨ ਦੀ ਖਿਡਾਰੀ ਕਦੇ ਵੱਡਾ ਸੀ, ਬਾਘਾਂ ਵਾਲਾ ਸ਼ਹਿਰ ਪਟਿਆਲਾ ਉਹਦਾ ਅੱਡਾ ਸੀ ਪਟਿਆਲਾ ਜ਼ਿਲ੍ਹਾ। ਪਟਿਆਲੇ ਜ਼ਿਲ੍ਹੇ ਤੋਂ ਬਾਅਦ ਫਿਰ ਦੇਖਦੇ ਹਾਂ ਬਈ ਬਰਨਾਲਾ ਜ਼ਿਲ੍ਹਾ, ਔਰ ਬਰਨਾਲੇ ਜ਼ਿਲ੍ਹੇ ਤੋਂ ਬਾਅਦ ਮਾਨਸਾ ਹੈ, ਮਾਲਵੇ ਦੀ ਧਰਤੀ ਹੈ ਪੰਜਾਬ ਦੇ ਚਾਰ ਜਿਹੜੇ ਰੀਜਨ ਨੇ, ਮਾਝਾ ਮਾਲਵਾ ਦੁਆਬਾ, ਉਸ ਤੋਂ ਬਾਅਦ ਜਲੰਧਰ ਦੀ ਵਾਰੀ। ਇਹ ਹੈ ਜ਼ਿਲ੍ਹਾ ਜਲੰਧਰ, ਜਲੰਧਰ ਜਿੱਥੇ ਖੇਡਾਂ ਦਾ ਸਮਾਨ ਬਣਦਾ ਔਰ ਜਿੱਥੇ ਕਰਤਾਰਪੁਰ ਸਾਹਿਬ ਦੀ ਬੜੀ ਪਾਵਨ ਪਵਿੱਤਰ ਧਰਤੀ ਜ਼ਿਲ੍ਹਾ ਜਲੰਧਰ, ਸ਼ਹੀਦਾਂ ਦੀ ਯਾਦਗਾਰ, ਸ਼ਹੀਦੋਂ ਕੀ ਚਿਤਾਓਂ ਪੇ ਲੱਗੇਗੇ ਹਰ ਵਰਸ ਮੇਲੇ, ਔਰ ਫਿਰੋਜ਼ਪੁਰ ਸਰਹੱਦੀ ਜ਼ਿਲ੍ਹਾ ਜਾਂ ਫਿਰੋਜ਼ਪੁਰ ਬਲੈਕ ਰੰਗ ਦੀ ਯੂਨੀਫਾਰਮ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ, ਔਰ ਫਿਰੋਜ਼ਪੁਰ ਤੋਂ ਬਾਅਦ ਫਿਰ ਵਾਰੀ ਹੁਸ਼ਿਆਰਪੁਰ ਦੀ, ਜਿੱਥੇ ਦੇ ਕਾਬਲ ਸਿੰਘ ਵਰਗੇ ਕਬੱਡੀ ਦੇ ਖਿਡਾਰੀ, ਜਿੱਥੇ ਦੇ ਸੰਤੋਖ ਸਿੰਘ ਧੋਖੀ ਵਰਗੇ, ਧੋਖੀ ਮਾਨਗੜ੍ਹ ਵਰਗੇ, ਧੋਖੀ ਐਕਮ ਵਰਗੇ ਬੜੇ ਮਸ਼ਹੂਰ ਕਬੱਡੀ ਦੇ ਖਿਡਾਰੀ, ਉਸ ਤੋਂ ਬਾਅਦ ਰੂਪਨਗਰ, ਕਦੇ ਨਾਮ ਸੀ ਰੋਪੜ, ਔਰ ਫਿਰ ਬਣਿਆ ਰੂਪਨਗਰ, ਜਾਂ ਤਰਨ ਤਾਰਨ ਸਰਹੱਦੀ ਜ਼ਿਲ੍ਹਾ, ਸਰਹੱਦੀ ਜ਼ਿਲ੍ਹਾ, ਔਰ ਟਕਸਾਲੀ ਜ਼ਿਲ੍ਹੇ ਦੇ ਤੌਰ ਤੇ ਵੀ ਜਾਣਦੇ ਆ, ਤਰਨ ਤਾਰਨ ਸ਼ਹੀਦਾਂ ਦੀ ਧਰਤੀ ਹੈ, ਔਰ ਉਸ ਤੋਂ ਬਾਅਦ ਫਿਰ ਗੁਰਦਾਸਪੁਰ ਜਿੱਥੋਂ ਦੇ ਛੱਬੇ ਵਰਗੇ, ਜਿੱਥੋਂ ਦੇ ਮੁਖਤਾਰ ਪੱਪੂ ਵਰਗੇ, ਜਿੱਥੋਂ ਦੇ ਜਗਿੰਦਰ ਭੇਡੇ ਵਰਗੇ, ਸੁਖਰਾਜ ਵਰਗੇ, ਜੀ ਭਾਲਕੋਟਲਾ ਵਰਗੇ ਬਹੁਤ ਮਸ਼ਹੂਰ ਕਬੱਡੀ ਦੇ ਖਿਡਾਰੀ ਹੋਏ ਮਾਝੇ ਦੀ ਧਰਤੀ ਗੁਰਦਾਸਪੁਰ। ਗੁਰਦਾਸਪੁਰ ਤੋਂ ਬਾਅਦ ਮੋਗਾ, ਮੋਗਾ, ਮੋਗਾ ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਸੁਣੀਦਾ ਮੋਗਾ, ਜਾਂ ਮਾਲਵੇ ਦੀ ਧਰਤੀ ਜ਼ਿਲ੍ਹਾ ਮੋਗਾ ਦੀ ਧਰਤੀ ਲੋਕਾਂ ਦੇ ਵਿੱਚ ਜ਼ਿਕਰ, ਔਰ ਉਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਨਗਰ, ਸ਼ਹੀਦਾਂ ਦੀ ਧਰਤੀ ਸ਼ਹੀਦ ਭਗਤ ਸਿੰਘ ਨਗਰ, ਔਰ ਉਸ ਤੋਂ ਬਾਅਦ ਲੁਧਿਆਣਾ ਮਾਲਵੇ ਦੀ ਧਰਤੀ, ਜਿਹਨੂੰ ਪੰਜਾਬ ਦੇ ਕਹਿੰਦੇ, ਜਿਹਨੂੰ ਹਿੰਦੁਸਤਾਨ ਦਾ ਮਾਨਚੈਸਟਰ ਦੇ ਤੌਰ ਤੇ ਆਪਾਂ ਜਾਣਦੇ ਹਾਂ, ਫੌਜਰੀ ਦਾ ਸਮਾਨ ਬਣਦਾ, ਔਰ ਟੋਨੀ ਵਰਗੇ ਕਬੱਡੀ ਦੇ ਖਿਡਾਰੀ ਬੜੇ ਮਸ਼ਹੂਰ ਹੋਏ ਨੇ। ਇਹ ਆ ਫਾਜ਼ਿਲਕਾ, ਸਤਲੁਜ ਤੋਂ ਪਾਰ ਦਾ ਇਲਾਕਾ, ਫਾਜ਼ਿਲਕੇ ਦੀ ਧਰਤੀ, ਇਹ ਆ ਮਾਲਵੇ ਦੀ ਧਰਤੀ, ਔਰ ਉਸ ਤੋਂ ਬਾਅਦ ਜਿਹਦਾ ਪਹਿਲਾ ਨਾਮ ਸੀ ਖਿਜਰਾਣੇ ਦੀ ਢਾਬ, ਔਰ ਹੁਣ ਜਿਹੜਾ ਨਾਮ ਸ੍ਰੀ ਮੁਕਤਸਰ ਸਾਹਿਬ, ਸ਼ਹੀਦਾਂ ਦੀ ਧਰਤੀ, ਕਿ ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਵੋ ਕੌਮ ਕੀ ਹਯਾਤ ਹੈ, ਸ੍ਰੀ ਮੁਕਤਸਰ ਸਾਹਿਬ ਚੜ੍ਹੇ ਝੂਕੇ ਨੇ, ਪਰਚਮ ਲਹਿਰਾਉਂਦੇ ਨੇ, ਔਰ ਪੰਜਾਬ ਦਾ ਮਾਂ ਕੇ ਦਾਸ ਦਾ ਸੁਣੀ ਕਿ ਜਿਸ ਕੀ ਹਰ ਵਸ਼ੇ ਬੇਤਾਬ ਹੈ, ਪੰਜ ਦਰਿਆਓ ਕੀ ਜਿਸ ਮੇ ਸਭ ਤਮੇ ਸ਼ਮਾਰ ਹੈ, ਹਿੰਦ ਕੀ ਤਾਰੀਖ ਕਾ ਇਹ ਸੁਨਹਿਰੀ ਖਾਬ ਹੈ, ਹਾਂ ਯੇ ਵਹੀ ਪੰਜਾਬ ਹੈ, ਯਾ ਸੰਗਰੂਰ, ਸੰਗਰੂਰ ਤੋਂ ਬਾਅਦ ਫਤਿਹਗੜ੍ਹ ਸਾਹਿਬ, ਦੂਰ ਚਮਕੌਰ ਉੱਤੇ ਛੋਟੀ ਜਿਹੀਆਂ ਚ ਸ਼ਹੀਦ ਕਰਾਈ, ਚੰਨ ਮੱਥਾ ਗੁਜਰੀ ਦਾ ਸੁੱਤਾ ਕੰਨੇ ਵਾਲੀ ਸੀਰ ਵਿਛਾਈ, ਫਰੀਦਕੋਟ ਮਾਡੇ ਫਰੀਦ ਦੀ ਧਰਤੀ, ਫਰੀਦਾ ਜੋ ਤੈ ਮਾਰ ਮੁਕੀਆਂ ਤਿਨਾ ਨਾ ਮਾਰੇ ਕੋਮ, ਆਪ ਜਿਹੜੇ ਘਰ ਜਾਈਏ ਪੈਰ ਪੈਰਾਂ ਦੇ ਚੁੰਮ, ਔਰ ਉਸ ਤੋਂ ਬਾਅਦ ਬਠਿੰਡਾ, ਪੱਟੀ ਤੋਂ ਪਟੇਗਾ ਫਿਰ ਬਣਿਆ ਬਠਿੰਡਾ, ਕਦੇ ਉੱਠਦਾ ਉੱਠਦਾ ਸੀ ਗੇਤਾ ਦੇ ਵਿਸ਼ੀਆਂ ਚੱਲੀਆਂ, ਇਹ ਜ਼ਿਲ੍ਹਾ ਕਪੂਰਥਲਾ ਜਿੱਥੇ ਅੱਜ ਪੈਂਟੀਆਂ ਪੰਜਾਬ ਦਾ ਖੇਡਾਂ ਹੋ ਰਹੀਆਂ, ਕਪੂਰਥਲਾ ਜਿੱਥੋਂ ਦੇ ਰਧੀਰ ਧੀਰ ਵਰਗੇ, ਜਤਿੰਦਰ ਵਰਗੇ, ਬਲਕਾਰ ਵਰਗੇ, ਲੱਤੂ ਟਿੱਪੇ ਵਰਗੇ, ਔਰ ਪ੍ਰੀਤਮ ਸਿੰਘ ਪ੍ਰੀਤੇ ਨਾਲੀਏ ਵਰਗੇ ਬੱਲੇ